ਆਮ ਤੌਰ ਤੇ ਇਹ ਧਾਰਨਾ ਹੈ ਕਿ ਸਰਕਾਰੀ ਸਕੂਲਾਂ ਦੇ ਵਿੱਚ ਪੜ੍ਹੇ ਵਿਦਿਆਰਥੀ ਕਿਤੇ ਨਾ ਕਿਤੇ ਨਿੱਜੀ ਸਕੂਲਾਂ ਦੇ ਉੱਚ ਪੱਧਰ ਦੇ ਵਿੱਚ ਪੜ੍ਹੇ ਵਿਦਿਆਰਥੀਆਂ ਦੇ ਨਾਲੋਂ ਕਿਤੇ ਪਿੱਛੇ ਰਹਿ ਜਾਂਦੇ ਨੇ, ਪਰ ਇਹ ਧਾਰਨਾ ਨੂੰ ਖਤਮ ਕੀਤਾ ਹੈ ਸ਼੍ਰੀ ਮੁਕਤਸਰ ਸਾਹਿਬ ਦੀ ਤਾਨੀਆਂ ਨੇ। ਗੱਲਬਾਤ ਕਰਦਿਆਂ ਇਸਰੋ 'ਚ ਇਸ ਛੋਟੀ ਉਮਰ ਦੇ ਵਿੱਚ ਐਜ਼ ਏ ਵਿਗਿਆਨੀ ਉਹਨਾਂ ਦੀ ਸਿਲੈਕਸ਼ਨ ਹੋਈ ਹੈ, ਕਿਵੇਂ ਦਾ ਇਹ ਸਫ਼ਰ ਰਿਹਾ ਸਾਰੀ ਗੱਲਬਾਤ ਕਰਦਿਆਂ। ਤਾਨੀਆਂ, ਪਹਿਲਾਂ ਤਾਂ ਵਧਾਈਆਂ ਔਰ ਨਿਊਜ਼ 18 ਵੱਲੋਂ ਖਾਸ ਕਰਕੇ ਤੁਹਾਨੂੰ। ਕਿਸ ਤਰ੍ਹਾਂ ਦਾ ਇਹ ਸਫ਼ਰ ਰਿਹਾ, ਕਿੱਥੋਂ ਜਿਹੜੀ ਉਹ ਪੜ੍ਹਾਈ ਸ਼ੁਰੂ ਕੀਤੀ, ਕਿਵੇਂ ਇੱਥੋਂ ਤੱਕ ਪਹੁੰਚੇ, ਇਹ ਸਾਰਾ ਪਹਿਲਾਂ ਸਾਡੇ ਨਾਲ ਸਾਂਝਾ ਕਰੋ। ਜੀ ਸਰ, ਸਤਿ ਸ਼੍ਰੀ ਅਕਾਲ ਸਾਰਿਆਂ ਨੂੰ, ਤੁਹਾਡਾ ਜੀ ਆਇਆਂ ਨੂੰ ਸੀ ਇੱਥੇ ਆਉਣ ਦਾ। ਮੇਰਾ ਨਾਮ ਤਾਨੀਆ ਗੁਪਤਾ ਜੀ, ਮੈਂ ਮੁਕਤਸਰ ਤੋਂ ਹੀ ਬਿਲੋਂਗ ਕਰਦੀ ਹਾਂ। ਮੇਰੀ ਬੇਸਿਕ ਸਕੂਲਿੰਗ ਜਿਹੜੀ ਹੈਗੀ ਹੈ ਇੱਥੋਂ ਹੀ ਹੋਈ ਹੈ ਮੁਕਤਸਰ ਤੋਂ। +1 +2 ਜਿਹੜੀ ਮੇਰੀ ਹੈਗੀ ਉਹ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਗਰਲਸ ਤੋਂ ਹੋਈ ਹੈ। ਅਤੇ ਉਹਦੇ ਤੋਂ ਬਾਅਦ ਸਰ ਮੈਂ BSc ਕੀਤੀ ਹੈ ਫਿਜ਼ਿਕਸ ਦੇ ਵਿੱਚ ਦਿੱਲੀ ਯੂਨੀਵਰਸਿਟੀ ਹਿੰਦੂ ਕਾਲਜ ਤੋਂ। ਉਹਦੇ ਤੋਂ ਬਾਅਦ ਮੈਂ MSc ਕੀਤੀ ਹੈ IIT ਦਿੱਲੀ ਤੋਂ ਫਿਜ਼ਿਕਸ ਦੇ ਵਿੱਚ ਹੀ। ਫਿਰ ਮੈਂ ਜੋਬ ਦੇ ਨਾਲ ਨਾਲ ਮੈਂ ਇਹ ਇਸਰੋ ਦਾ ਐਗਜ਼ਾਮ ਐਡਵਰਟੀਜ਼ਮੈਂਟ ਆਈ, ਮੈਂ ਐਗਜ਼ਾਮ ਦਿੱਤਾ, ਫਿਰ ਇੰਟਰਵਿਊ ਦਿੱਤਾ, ਅਤੇ ਉਹਦੇ ਤੋਂ ਬਾਅਦ ਮੇਰੀ ਸਿਲੈਕਸ਼ਨ ਹੋਈ ਹੈ ਐਜ਼ ਅ ਸਾਇੰਟਿਸਟ ਇਸਰੋ ਬੈਂਗਲੌਰ ਦੇ ਵਿੱਚ। ਸ਼ੁਰੂ ਤੋਂ ਸੋਚਿਆ ਸੀਗਾ ਫੀਲਡ ਹੀ ਇਹ ਸੀ, ਸੁਪਨਾ ਹੀ ਇਹ ਸੀ, ਜਾਂ ਕੁਝ ਹੋਰ ਸੀਗਾ, ਕੀ ਸੋਚਿਆ ਸੀ? ਸਰ, ਸਾਇੰਟਿਸਟ ਬਣਨ ਦਾ ਸ਼ੁਰੂ ਤੋਂ ਹੀ ਮੇਰਾ ਡ੍ਰੀਮ ਸੀਗਾ। ਤਾਂ ਹੀ ਮੈਨੂੰ ਜੋਬ ਜਿਹੜੀ ਮੈਂ ਆਲਰੇਡੀ ਕਰ ਰਹੀ ਸੀ ਉਹਦੇ ਨਾਲ ਮੈਂ ਸੈਟੀਸਫਾਈਡ ਨਹੀਂ ਸੀ, ਤਾਂ ਮੈਨੂੰ ਪਤਾ ਸੀ ਕਿ ਮੈਂ ਫਿਜ਼ਿਕਸ ਦੇ ਵਿੱਚ ਹੀ ਦੁਬਾਰਾ ਜੁਆਇਨ ਕਰਨਾ। ਜਿਹੜੀ ਮੇਰੀ ਜੋਬ ਸੀ ਉਹ ਫਿਜ਼ਿਕਸ ਦੇ ਨਾਲ ਰਿਲੇਟਡ ਨਹੀਂ ਸੀ, ਤੇ ਮੈਨੂੰ ਸ਼ੁਰੂ ਤੋਂ ਹੀ ਪਤਾ ਸੀ ਵੀ ਮੈਂ ਸਾਇੰਟਿਸਟ ਬਣਨਾ, ਤਾਂ ਇਹ ਗੋਲ ਮੇਰਾ ਹੀ ਸੀ। ਸਰ, ਕੀ ਕਹੋਗੇ, ਆਮ ਤੌਰ ਤੇ ਕਹਿੰਦੇ ਸਰਕਾਰੀ ਸਕੂਲ 'ਚ ਪੜ੍ਹ ਗਿਆ ਸਟੂਡੈਂਟ ਤੇ ਉੱਥੇ ਨਹੀਂ ਜਾ ਸਕਦਾ, ਹਨਾ? ਜਦੋਂ ਇੱਥੋਂ ਬੇਸਿਕ, ਕਿਉਂਕਿ ਬੇਸ ਆ ਉਹ ਇੱਥੋਂ ਬਣਦਾ ਹੈਗਾ, ਕੀ ਕਹੋਗੇ ਸਰਕਾਰੀ ਸਕੂਲਾਂ ਦੇ ਬਾਰੇ? ਸਰ, ਇਹ ਤਾਂ ਸਰਕਾਰੀ ਸਕੂਲ ਪੜ੍ਹਨਾ ਤਾਂ ਆਪਦੇ ਬੇਸ ਤੇ ਹੀ ਪੈਂਦਾ, ਤੇ ਸਰਕਾਰੀ ਸਕੂਲ ਨੇ ਤਾਂ ਬਹੁਤ ਹੈਲਪ ਕੀਤੀ, ਉੱਥੋਂ ਦੇ ਸਾਰੇ ਟੀਚਰਸ ਨੇ, ਉਸ ਤੋਂ ਬਾਅਦ ਮੇਰੀ BSc MSc ਦੇ ਟੀਚਰਸ ਨੇ ਮੇਰੀ ਬਹੁਤ ਜ਼ਿਆਦਾ ਹੈਲਪ ਕੀਤੀ ਹੈ, ਮੈਨੂੰ ਬਹੁਤ ਜ਼ਿਆਦਾ ਗਾਈਡੈਂਸ ਉੱਥੋਂ ਮਿਲੀ ਹੈ, ਤਾਂ ਇਸ ਤਰੀਕੇ ਦੀ ਕੋਈ ਗੱਲ ਨਹੀਂ ਸਰ ਸਰਕਾਰੀ ਸਕੂਲ ਦੇ ਵਿੱਚ। ਕਿਹਨੂੰ ਵੇਖ ਕੇ ਇਹ ਸੋਚਿਆ ਸੀਗਾ? ਕੁੜੀਆਂ ਦੇ ਵਿੱਚ ਹੀ ਹੁੰਦਾ ਕਿ ਆਹ ਕੁੜੀ ਨੂੰ ਵੇਖਿਆ ਸੀ ਇਹ ਸਾਇੰਟਿਸਟ ਆ, ਹਨਾ, ਇਹ ਇਹਨੂੰ ਵੇਖ ਕੇ ਅੰਜ ਬੰਨਾ। ਰੋਲ ਮਾਡਲ ਕੌਣ ਰਿਹਾ ਹੈਗਾ? ਸਰ, ਰੋਲ ਮਾਡਲ ਮੇਰੇ ਸਾਰੇ ਫਿਜ਼ਿਕਸ ਦੇ ਸਾਇੰਟਿਸਟ ਰਹੇ ਆ ਮੇਰੇ, ਜਿਵੇਂ ਕਿ ਐਲਬਰਟ ਆਈਨਸਟਾਈਨ ਹੈ ਤੇ ਆਪਣੇ ਨਿਊਟਨ ਹੈ, ਸਾਰੇ ਸਾਇੰਟਿਸਟ ਮੇਰੇ ਰੋਲ ਮਾਡਲ ਰਹੇ। ਹੁਣ ਕੀ ਸੋਚਦੇ ਹੋ ਅੱਗੇ, ਹੋਰ ਕੋਈ ਵੀ ਹਜੇ ਫਿਊਚਰ 'ਚ ਸਟੈਪ ਹੈ ਤਾਂ ਅੱਗੇ ਕਿੱਥੇ ਜਾਣਾ ਹੈਗਾ? ਸਰ, ਅਜੇ ਤਾਂ ਬਿਲਕੁਲ ਹੀ ਬਿਗਨਿੰਗ ਵਾਲਾ ਸਟੈਪ ਹੈ, ਬਹੁਤ ਛੋਟੀ ਵਾਲੀ ਪੋਸਟ ਹੈ, ਅਜੇ ਤਾਂ ਜੁਆਇਨਿੰਗ ਕੀਤੀ ਹੈ ਸਰ, ਅੱਗੇ ਵੇਖਦੇ ਹਾਂ ਅੱਗੇ ਹੋਰ ਪ੍ਰੋਗਰੈਸ ਕਰੀਏ, ਇੱਥੇ ਸਟਿਲ ਨਹੀਂ ਰਹਿਣਾ। ਸਭ ਤੋਂ ਵੱਡਾ ਹੱਥ ਜਿਹੜਾ ਕਿਹਦਾ ਮੰਨਦੇ ਹੈਗੇ ਉਹ ਸਾਰੇ ਵਿੱਚ? ਸਰ, ਪਰਮਾਤਮਾ ਤੋਂ ਬਾਅਦ ਮੇਰੇ ਪੇਰੈਂਟਸ ਦਾ, ਮੇਰੇ ਫਾਦਰ ਦਾ ਅਤੇ ਮੇਰੇ ਮਦਰ ਦਾ, ਸਭ ਤੋਂ ਵੱਡਾ ਹੱਥ ਉਹਨਾਂ ਦਾ ਹੀ ਹੈ ਮੈਨੂੰ ਸਪੋਰਟ ਕਰਨ ਦੇ ਵਿੱਚ ਅਤੇ ਮੈਨੂੰ ਇੱਥੋਂ ਤੱਕ ਪਹੁੰਚਾਉਣ ਦੇ ਵਿੱਚ। ਨੌਜਵਾਨ ਬਹੁਤ ਵਿਦੇਸ਼ਾਂ ਲੋਕ ਕਰ ਰਹੇ ਜੀ, ਬੜੇ ਬਾਹਰ ਜਾ ਰਹੇ, ਸੁਨੇਹਾ ਕੀ ਹੈਗਾ ਤੁਹਾਡੇ ਅੱਗੇ, ਕਿਉਂਕਿ ਮੀਡੀਓਕਰ ਫੈਮਿਲੀ ਚੋਂ ਨਿਕਲ ਕੇ ਆ ਕੇ ਇਸ ਪੋਸਟ 'ਤੇ ਆਉਣਾ, ਸੁਨੇਹਾ ਕੀ ਹੈਗਾ? ਸਰ, ਸੁਨੇਹਾ ਇਹੀ ਹੈ ਵੀ ਇੰਡੀਆ ਦੇ ਵਿੱਚ ਬਹੁਤ ਕੁਛ ਹੈ ਅਤੇ ਬਾਹਰ ਜਾਣਾ ਛੱਡ ਕੇ ਜੇ ਆਪਾਂ ਇੱਥੇ ਹੀ ਮਿਹਨਤ ਕਰਨ ਦਾ ਟਰਾਈ ਕਰੀਏ ਤਾਂ ਜ਼ਰੂਰ ਆਪਾਂ ਨੂੰ ਸਫਲਤਾ ਮਿਲਦੀ। ਸਾਡੇ ਰਾਹੀਂ ਕੁਛ ਹੋਰ ਜਿਹੜਾ ਹੈਗਾ ਉਹ ਕਹਿਣਾ ਚਾਹੋਗੇ ਨੌਜਵਾਨਾਂ ਨੂੰ? ਸਰ, ਬਸ ਇਹੀ ਕਿ ਆਪਦੇ ਗੋਲ 'ਤੇ ਪੱਕੇ ਰਹੋ, ਜੇ ਤੁਹਾਨੂੰ ਸਫਲਤਾ ਅੱਜ ਨਹੀਂ ਮਿਲੀ ਤਾਂ ਕੱਲ੍ਹ ਜ਼ਰੂਰ ਮਿਲੂਗੀ, ਅਤੇ ਆਪਦੇ ਗੋਲ 'ਤੇ ਪੱਕੇ। ਸਾਡੇ ਕੋਲ ਬ੍ਰਦਰ ਨੇ ਛੋਟੇ, ਇਹਨਾਂ ਦੇ ਮੇਰੇ ਖਿਆਲ 'ਚ ਬਰਥਡੇ ਵੀ ਇਹਨਾਂ ਦਾ ਅੱਜ, ਨਾ ਕੀ ਕਹੋਗੇ ਸਿਸਟਰ ਨੂੰ ਵੇਖ ਕੇ, ਕੀ ਮਿਲਦੀ, ਸਿੱਖਿਆ ਕੀ ਮਿਲਦੀ ਹੈ? ਮੈਨੂੰ ਮੇਰੀ ਭੈਣ 'ਤੇ ਬਹੁਤ ਪ੍ਰਾਊਡ ਹੈ ਅਤੇ ਮੈਂ ਇਹ ਕਹਿਣਾ ਚਾਹੁੰਦਾ ਵੀ ਮੈਂ ਇਹ ਜੈਸਾ ਬਣਾ, ਇਹ ਮੇਰੀ ਰੋਲ ਮਾਡਲ ਹੈ। ਓਕੇ, ਹੁਣ ਜਦੋਂ ਸਕੂਲ ਜਾਏਗਾ ਆਪਣੇ, ਅਤੇ ਮੇਰੇ ਖਿਆਲ 'ਚ ਨਾਲ ਵਾਲੇ ਜਿਹੜੇ ਸਟੂਡੈਂਟ ਨੇ ਜਾਂ ਤੇਰੇ ਨਾਲ ਦੇ ਦੋਸਤ ਨੇ, ਉਹ ਫਿਰ ਕਹਿਣਗੇ ਕਿ ਤਾਨੀਆਂ ਦਾ ਬ੍ਰਦਰ ਹੈ ਜੋ ਇਸਰੋ 'ਚ, ਪਤਾ ਲੱਗ ਗਿਆ ਉਹਨਾਂ ਨੂੰ? ਅਤੇ ਪੇਰੈਂਟਸ ਨੂੰ ਤੇਰੀ, ਤੂੰ ਕੀ ਬਣਨਾ ਚਾਹੁੰਦਾ ਹੈ? ਸੁਨੇਹਾ ਕੀ ਹੈ ਲੋਕਾਂ?
ਪਹਿਲਾਂ ਤਾਂ ਨਿਊਜ਼ 18 'ਤੇ ਜਿਹੜੀ ਤੁਹਾਡਾ ਬਹੁਤ ਬਹੁਤ ਵੈਲਕਮ ਮੇਰੇ ਕੋਲ ਇੱਥੇ ਪਹੁੰਚਣ ਦਾ, ਬੇਟੀ ਨੂੰ ਅਸ਼ੀਰਵਾਦ ਦੇਣ ਦਾ। ਅਤੇ ਮੈਂ ਤਾਂ ਇਹੀ ਕਹੂੰਗਾ ਵੀ ਜਿਹੜਾ ਯੂਥ ਹੈ, ਪੰਜਾਬ ਦਾ ਯੂਥ ਇੰਨਾ ਵੱਡੇ ਲੈਵਲ 'ਤੇ ਫੋਰਨ ਦੇ ਵਿੱਚ ਡਾਇਵਰਟ ਹੋ ਰਿਹਾ। ਮੇਰਾ ਖਿਆਲ, ਮੇਰਾ ਉਹਨਾਂ ਨੂੰ ਸੰਦੇਸ਼ ਵੀ ਹੈ, ਉਹਨਾਂ ਨੂੰ ਰਿਕੁਐਸਟ ਵੀ ਹੈ ਅਤੇ ਵੀ ਇੱਥੇ ਰਹਿ ਕੇ ਤੁਸੀਂ ਮਿਹਨਤ ਕਰੋ, ਤੁਸੀਂ ਇੱਥੇ ਰਹਿ ਕੇ ਸਾਰਾ ਕੁਛ ਹਿੰਦੁਸਤਾਨ ਦੇ ਵਿੱਚ, ਪੰਜਾਬ ਦੇ ਵਿੱਚ ਸਾਰਾ ਕੁਛ ਹੈ, ਤੁਸੀਂ ਪੰਜਾਬ, ਪੰਜਾਬੀਅਤ ਨੂੰ, ਆਪਣੇ ਕਲਚਰ ਨੂੰ, ਆਪਣੀ ਪੰਜਾਬੀ ਮਾਂ ਬੋਲੀ ਨੂੰ ਸੰਭਾਲੋ, ਆਪਦਾ ਇੱਥੇ ਸਾਰਾ ਸੱਭਿਆਚਾਰ ਸੰਭਾਲੋ, ਆਪਣੇ ਮਾਪੇ ਜਿਹੜੇ ਨੇ ਰੋਲ ਖੁੱਲ੍ਹ ਗਏ ਆ ਉਹਨਾਂ ਨੂੰ ਸੰਭਾਲੋ, ਅਤੇ ਇਹੀ ਮੇਰਾ ਸੰਦੇਸ਼ ਹੈ। ਅਤੇ ਨਾਲ ਮੈਂ ਧੰਨਵਾਦ ਕਰੂੰਗਾ ਪਰਮਾਤਮਾ ਦਾ ਅਤੇ ਜਿਨ੍ਹਾਂ ਨੇ ਇਹਨੂੰ ਪਹਿਲੀ ਤੋਂ ਲੈ ਕੇ ਐਮਐਸਸੀ ਤੱਕ, ਜਿਹੜੇ ਟੀਚਰ ਲੋਕ, ਗੁਰੂ ਲੋਕ ਜਿਨ੍ਹਾਂ ਨੇ ਇਹਨੂੰ ਪੜ੍ਹਾਇਆ, ਇੱਥੋਂ ਤੱਕ ਪਹੁੰਚਾਇਆ, ਉਹਨਾਂ ਦਾ ਪਰਮਾਤਮਾ ਤੋਂ ਬਾਅਦ ਪਰਮਾਤਮਾ ਵਰਗੇ ਉਹਨਾਂ ਅਧਿਆਪਕਾਂ ਦਾ ਰੋਲ ਹੈ। ਬਹੁਤ ਬਹੁਤ ਧੰਨਵਾਦ ਵੀਰ ਜੀ ਤੁਹਾਡਾ, ਬਹੁਤ ਬਹੁਤ ਤੁਹਾਨੂੰ ਸ਼ੁਭਕਾਮਨਾਵਾਂ ਅਤੇ ਨਿਊਜ਼ 18 ਨੂੰ ਵੀ ਬਹੁਤ ਬਹੁਤ ਸ਼ੁਭਕਾਮਨਾਵਾਂ। ਸੋ ਇਹ ਤਾਨੀਆਂ ਜਿਹਨੇ ਇਹ ਸਾਬਿਤ ਕਰਤਾ ਕਿ ਜੇ ਤੁਸੀਂ ਮੁੱਢਲ ਦੇ ਤੌਰ 'ਤੇ ਸਰਕਾਰੀ ਸਕੂਲਾਂ 'ਚ ਪੜ੍ਹੇ ਹੋ ਤਾਂ ਕੋਈ ਮੰਜ਼ਿਲ ਇਹੋ ਜਿਹੀ ਨਹੀਂ ਜਿਹੜੀ ਤੁਸੀਂ ਨਹੀਂ ਪਾ ਸਕਦੇ। ਇਸਰੋ ਦੇ ਵਿੱਚ ਇਹ ਬੇਟੀ ਸਾਇੰਟਿਸਟ ਬਣੀ ਆ, ਪੂਰੇ ਪੰਜਾਬ ਦਾ ਨਾਮ ਰੋਸ਼ਨ ਕੀਤਾ। ਸੋ ਤਾਨੀਆਂ ਦੇ ਪਰਿਵਾਰ ਦੇ ਨਾਲ ਕਿਸ ਤਰ੍ਹਾਂ ਇਹ ਖੁਸ਼ੀ ਜਿਹੜੀ ਉਹ ਸਾਂਝੀ ਕੀਤੀ, ਉਹ ਸਭ ਵੀ ਤੁਹਾਡੇ ਨਾਲ ਸਾਂਝਾ ਕਰਾਂਗੇ। ਨਿਊਜ਼ 18 ਲਈ ਕੁਲਦੀਪ ਸਿੰਘ ਰੇਨੀ, ਸ਼੍ਰੀ ਮੁਕਤਸਰ ਸਾਹਿਬ।